हाँ जी हाँ जी, मैं गाल करता पे कोई नहीं, चौक पौना तेरी गल्ला ना सुना मैं। अच्छा, खाना खाते? नहीं, मैं इस पास पूछता पे कि तू खाना है तो मैं खाना है। अच्छा कितना वड्डे लोकां आ घरां दे विच काम हुंदा है, वड्डियां दा अच्छा बंदियां दा। ओए होए हो तौबा, अच्छा ਆ ਬੈਂ ਦਾ ਕੋਈ ਹਾਲ ਪੁੱਛ ਲੈ। ਮੈਂ ਜੋ ਆਈ ਆ ਥੱਕ ਕੇ ਦੋ ਘਰਾਂ ਦਾ ਕੰਮ ਕਰਕੇ ਆਈ ਆ, ਹੁਣ ਤਾਈ ਉਹਨਾਂ ਦਾ ਦੰਮੀ ਮੈਨੂੰ ਉਹੀ ਪੀਰ ਵੇਲੇ ਦੀ ਗਈ ਹੋਈ ਆ, ਤੇ ਇਹ ਸੁਬਰਾ ਜਿਹੜੀ ਹੈ ਨਾ ਡਰੇਪ ਲੱਗੀ ਹੋਈ, ਇਹਨੂੰ ਲਾ ਛੱਡਿਆ ਕਰ ਕਿਸੇ। ਅੱਛਾ ਜਾਨੂੰ ਇੱਕ ਮਿੰਟ ਵੇਟ ਕਰੀ। ਹਾਂ ਅੱਛਾ ਕੀ ਹੋਇਆ? ਡੁੱਬ ਕੇ ਮਾਰ ਜਾ ਵੱਡੀ ਬੈਂ ਦੇ ਗੁਬਾ ਕੇ ਜਾਨੂੰ, ਇੱਕ ਵਾਰ ਮਿੰਟ ਚੁੱਪ ਕਰੀ। ਹਲਾ ਹੁਣ ਹੋਇਆ ਕੀ? ਨਹੀਂ ਅੱਲਾ ਦਾ ਨਾਂ ਹੀ, ਸਾਡੀ ਜਾਨ ਛੱਡ ਦੇ ਗਰੀਬ ਬੰਦਿਆਂ ਦੀ। ਐਵੇਂ ਲੱਗੀ ਹੋਈ, ਤੈਨੂੰ ਪਤਾ ਤਾਂ ਹੈ ਯਾਰ, ਹਰ ਟਾਈਮ ਸ਼ੁਰੂ ਜਾਂਦੀ ਹੈ। ਸ਼ੁਰੂ ਜਾਂਦੀ ਹੈ? ਮੈਂ ਕੀ ਪਾਗਲ ਆ, ਸ਼ੁਰੂ ਜਾਂਦੀ ਆ? ਐਡਾ ਵੱਡਾ ਸਾਰਾ ਕੰਮ ਕਰਕੇ ਆਇਆ ਕਰ, ਖਾਂ ਬਹਿ ਜਾਂਦੀ ਹੈ ਕੋਠੀਆਂ ਤੇ ਕੰਮ ਕਰੇ, ਤੇ ਵਿਆਹ ਬਾਹਰ ਬਹਿ ਕੇ ਗਾਲ ਬਹਿ ਕੇ ਖਾਂਦਾ ਹੈ। ਨਹੀਂ ਮੇਰੀ ਜਾਨ ਲੱਗੀ ਹੋਈ ਹੈ, ਲੱਗੀ ਰਹੀ, ਇਹ ਤਾਂ ਕੰਮ ਹੈ, ਹਰ ਟਾਈਮ ਇੰਜ ਕਰਦੀ ਹੈ। ਆ ਮੈਂ ਵੀ ਕੁਝ ਜਾਣਦੀ ਪਈ ਆ, ਮੇਰੀ ਗੱਲ ਸੁਣ, ਮੈਂ ਤੇਰੇ ਨਾਲ ਗੱਲ ਕਰਨੀ ਹੈ। ਹਾਂ ਦੱਸੋ। ਐਨ ਫੋਨ ਨੂੰ ਹੇਠ ਲੈ ਸੇ ਤਾ। ਅੱਛਾ ਕਾਲ ਬੰਦ ਨਾ ਕਰੀ। ਹਾਂ ਮੇਰੀ ਗੱਲ ਸੁਣ, ਮੇਰੀ ਨਾ ਦੂਏ ਦੇ ਦੀ ਇਹ ਤਬੀਅਤ ਖਰਾਬ ਆ, ਮੇਰੇ ਪੱਠੇ ਛਿੱਕੇ ਹੋਏ ਨੂੰ। ਹਾਂਜੀ 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 ਹਾਂ ਗੱਲ, ਮੈਂ ਤੇਰੀ ਗੱਲ ਸੁਣਦਾ ਪਿਆ। ਮੈਂ ਉੱਠ ਕੇ ਪੇਟ ਛੱਡ ਰਹੀ, ਮੇਰੀ ਗੱਲ ਸੁਣ ਲਾ। ਅੱਛਾ ਜਾਨੂੰ ਸਬਰ ਕਰੀ। ਮੇਰੀ ਇਹ ਤਬੀਅਤ ਖਰਾਬ ਹੋ। ਅੱਛਾ ਤੇ ਮੇਰੀ ਜਗ੍ਹਾ ਤੇ ਇੱਕ ਦੋ ਦੇ ਜਾ ਕੇ ਅਗਰ ਉਹਨਾਂ ਦੇ ਘਰ ਕੰਮ ਕਰੇ ਆ, ਚਾਹ ਤੇ ਬੜੀ ਮਿਹਰਬਾਨੀ ਹੋਵੇ। ਮੈਂ ਜਾਵਾਂ ਤੇ ਕੀ ਇਹ ਬਾਹਰ ਹੋਏ ਨਹੀਂ ਤੇ ਥੋੜ੍ਹਾ ਜਿਹਾ ਪਾਣੀ ਵਗਾ ਕੇ ਤੇ ਵੈਪਾ ਹੀ ਮਾਰ ਛੱਡਿਆ। ਵਾਹ ਜੀ ਵਾਹ, ਵਾਹ ਜੀ ਵਾਹ, ਤੇ ਵਿਆਹ ਹੈ ਮੇਰਾ, ਤੋਂ ਮੈਂ ਸਾਈ ਨਹੀਂ ਕਢਾਵਾਂ ਤੇ ਹੋਰ ਕਹਿ ਕਢਾਵਾਂ ਹੀ। ਅੱਛਾ ਮੈਂ ਰੋਟੀ ਖਾ ਲਈ ਨਾ, ਪਕਾ ਦੇ ਸੀ, ਤਬੀਅਤ ਖਰਾਬ। ਨਹੀਂ ਉਹਨੂੰ ਆਖ ਮੈਂ ਮੂੰਹ ਵਿੱਚ ਆ ਕੇ ਗਿਆ ਗਾਤੋ, ਹੈ ਮੇਰੇ ਹੱਥ ਹੈ ਕੋਈ ਨਾ, ਮੈਂ ਲੁੱਲਾਂ। ਉਹ ਅੱਲਾ ਦੇ ਬੰਦੇ ਆ, ਮੇਰੀ ਮੈਂ ਤੇਰੇ ਨਾਲ ਰਲ ਕੇ ਜੰਮੀ ਹੋਈ ਆ, ਮੇਰੀ ਤਬੀਅਤ ਦੀ ਤੈਨੂੰ ਪਰਵਾਹ ਕੋਈ ਨਹੀਂ, ਤੇ ਉੱਦਾਂ ਤੂੰ ਵਿੱਚ ਗੁੱਸੇ ਹੋਇਆ। ਅੱਛਾ ਮੈਂ ਘਰੋਂ ਨਿਕਲਦਾ ਪਿਆ ਤੇ ਮੈਂ ਠੀਕ ਹੈ, ਖਪਦੇ ਰਹੋ। ਯਾ ਅੱਲਾ ਕੈਸੀ ਕਿਸਮਤ ਲੈ ਕੇ ਮੈਂ ਪੈਦਾ ਹੋਈ ਹਾਂ, ਅੰਮਾ ਪਿਓ ਇਸ ਵਜ੍ਹਾ ਤੂੰ ਮਰ ਗਿਆ। ਬਈ ਜੇ ਨਾ ਵੇਲੇ ਨਾਲ ਅਸੀਂ ਜੁੰਡਾ ਛਡਾਵੀਏ, ਨਾ ਮੈਂ ਇਸ ਛੋਹਰ ਮਗੇ ਸ਼ਾਦੀ ਕੀਤੀ, ਤੇ ਇਹ ਛੋਹਰ ਤੇ ਇਹ ਬਾਜ਼ ਨੇ, ਜਿਸ ਛੋਹਰਾਂ ਦੇ ਉੱਤੇ ਪਿਓ ਦਾ ਸਾਇਆ ਨਾ ਹੋਵੇ ਨਾ ਡਰ ਨਾ ਹੋਵੇ, ਉਹ ਪੁੱਤ ਐਵੇਂ ਹੀ ਗੁੱਲ ਹੋ ਜਾਂਦੇ ਤੇ ਵਿਗੜ ਜਾਂਦੇ। ਮੈਂ ਉਹਨੂੰ ਆਉਂਦੀ ਪਈ ਹਾਂ, ਮੈਂ ਉਹਦੀ ਖੂਨ ਦੀਆਂ ਉਹਦੀ ਬਹਿਣ ਆ, ਵੀ ਮੇਰੀ ਤਬੀਅਤ ਖਰਾਬ ਹੈ ਅਤੇ ਉਹਨੂੰ ਲੱਗੀ ਹੋਈ ਹੈ ਉਹ ਆਸ਼ਕੀ ਦੀ, ਪਤਾ ਨਹੀਂ ਇਹ ਕਿਹੜੀ ਐਡੀ ਵਿਹਲੀ ਹੈ, ਅਤੇ ਜਿਸ ਮੇਰੇ ਵਿਆਹ ਨੂੰ ਨਾਲ ਵਿਹਲਿਆ ਕੀਤਾ ਹੋਇਆ। ਤੋਬਾ ਮੇਰੇ ਅੱਲਾ, ਇੱਜ਼ਤ ਦੇ ਵੀ ਉਹ ਜੀ ਛੋਰੀ ਨੂੰ। ਪਤਾ ਨਹੀਂ ਇੱਕ ਸ਼ਹਿਰ ਹੈ, ਤੂੰ ਆ ਮੇਰੇ ਕੋਲ ਮੁੜ ਬਹਿਣ ਦੀ ਹੈ ਨਹੀਂ ਕਾਇਨਾ, ਯੂਨੀਵਰਸਿਟੀ 'ਚ ਪੜ੍ਹਦੀ ਹੈ ਤਾਂ ਚਲੋ ਕਿਸ ਲਈ ਤਾਂ ਮੈਨੂੰ ਮਿਲਾ ਹੀ ਛੱਡੋ, ਮੈਨੂੰ ਤਾਂ ਇਤਨਾ ਉਧਰੇ ਹੋਇਆ ਮੁੜ ਮੈਂ ਕੀ ਹਾਲ ਹੈ ਨਾ। ਠੀਕ ਆ ਇਹਨਾਂ, ਠੀਕ ਆ ਮੇਰਾ ਪੁੱਤ। ਉਹ ਮੇਰਾ ਪੁੱਤ ਇਹ ਦੱਸ, ਉਹ ਸ਼ੇਰ ਜੀ ਯੂਨੀਵਰਸਿਟੀ 'ਚ ਹੁੰਦੀ ਹੈ ਅਤੇ ਕਿਸ ਲਈ ਤਾਂ ਮੈਨੂੰ ਮਿਲਾ ਵੀ ਲਈ ਕਰੋ, ਬੜੀ ਇਤਨੀ ਇਤਨੀ ਦੀਵਾਰਾਂ ਹੋ ਜਾਂਦੀਆਂ, ਤੁਸੀਂ ਯੂਨੀਵਰਸਿਟੀ ਵੱਲ ਫੇਰਾ ਹੀ ਕਦੇ ਨਹੀਂ ਮਾਰਿਆ, ਤੂੰ ਉਹਨੂੰ ਕਦੇ ਕਿਸੇ ਨੇ ਲੈ ਕੇ ਆ ਵੀ ਗਿਆ ਕੀਤੇ ਕਰੋ। ਹੁਣ ਜਦੋਂ ਛੁੱਟੀਆਂ ਉਸ ਸੈਨ ਮੁੜੋ ਤਾਂ ਮਿਲ ਲਵੇ। ਛੁੱਟੀਆਂ ਨਹੀਂ, ਤੁਹਾਨੂੰ ਹੀ ਨਾ ਪਤਾ ਪਿਓ ਧੀ ਦਾ ਕਿਤਨਾ ਪਿਆਰ ਹੁੰਦਾ ਹੈ, ਅਤੇ ਮੈਂ ਉਹਨਾਂ ਵੇਖਣ ਤਾਂ ਮੈਂ ਮਰਨ ਪੈ ਜਾਂਦਾ। ਮੈਂ ਤੁਹਾਡਾ ਹੱਕ ਬਣਦਾ ਵੀ ਚਲੋ ਅੱਠਵੇਂ ਦਿਨ ਦਸਵੇਂ ਦਿਨ ਪੰਦਰ੍ਹਾਂ ਦੀ ਵਾਰ ਬਾਅਦ ਤੁਸੀਂ ਉਹਨੂੰ ਲੈਣ ਦਾ ਕਰੋ, ਤਾਂ ਮਿਲਾ ਗਿਆ ਕਿਤੇ ਕਰੋ, ਨਾਲੇ ਮਾਂ ਪਿਓ ਦਾ ਸਾਇਆ ਜਿਹੜਾ ਹੁੰਦਾ ਨਾ ਬਹੁਤ ਚੰਗਾ ਹੁੰਦਾ। ਬਹੁਤ ਜਦੋਂ ਹੀ ਬਣਿਆ ਨਾ ਟਾਈਮ, ਹੁਣ ਤੁਹਾਨੂੰ ਮਿਲਾ ਲੈਂਦਾ। ਮੇਰਾ ਪੁੱਤ ਨਾ ਤੁਹਾਡਾ ਟਾਈਮ ਬਣਨਾ ਅਤੇ ਨਾ ਤੁਸਾਂ ਮੈਨੂੰ ਮਿਲਾਵਣੀ, ਅਤੇ ਮੈਂ ਆਪ ਜਾਂਦਾ ਨਹੀਂ ਯੂਨੀਵਰਸਿਟੀ ਪਿਆ ਵੀ ਮੈਂ ਤੋੜ ਵਗ ਜਾਵਾਂ। ਭਾਈ ਇੱਕ ਚਲੋ ਇੱਕ ਅੱਧ ਦੀ ਵਾਰ ਇੱਥੇ ਰਹਿ ਜਾਵੇ ਆ ਅਲੀ ਖਾਨ ਨੇ, ਤੋਂ ਯੂਨੀਵਰਸਿਟੀ ਜਾਣ ਦੀ ਜ਼ਰੂਰਤ ਕਾਹ ਨਹੀਂ, ਮੈਂ ਹੀ ਥਾਈ ਆ ਗਿਆ। ਅੱਛਾ ਲੈ ਦੱਸੋ, ਬਹਿਣ ਨੂੰ ਮਿਲਿਆ? ਬਹਿਣ ਨੂੰ ਮਿਲ ਕੇ ਆਉਂਦਾ ਤੂੰ? ਹਲਾ ਹਾਂ ਚਲੋ, ਆਹ ਵਾਲ ਗੱਲ ਕੀਤੀ ਤੇ ਮਹੀਨਾ ਮਿਲਿਆ ਹੈ, ਮਹੀਨਾ ਲੈ ਜਾਵੇ ਆ ਕਿਤੇ। ਮੈਂ ਪਿਓਰ ਦੀ ਥਾਈ ਘਰ ਲੈ ਸਾਂ, ਹਫਤੇ ਤਵਾਰ ਦੀ ਛੁੱਟੀ ਹੋਈ ਤੁਹਾਨੂੰ ਲਾਇਆ ਸਾਂ ਘਰ ਮੈਂ। ਅੱਗੇ ਤੁਸੀਂ ਚੁੱਕੇ ਲੈ ਆਉਂਦੇ ਹਫਤੇ ਤਵਾਰ, ਨਾਲੇ ਬਸ ਇੱਥੇ ਕੀ ਕਰਨਾ ਸੀ, ਤਰਾ ਪਿਓ ਪੋਤਰਾ ਛੜੇ ਆ, ਛੋਹਰ ਇੱਥੇ ਕੀ ਕਰਨਾ?
तू मैनू ये दस थाई तोड़ जाके हॉस्टल में मिल लिया कर। अच्छा पियो तो दिल नहीं आता दीनू घर मिलन वास्ते? नहीं थाई और थाई ठीक है ओए इत्थे मिलन मेरा इत्थे वेखे घर दी चार दीवारी ते साथ तो पौंदी नहीं पई जेड़ा उसने इत्थे ल्या के रखी है घर। हां और मेरा खैर खरियत नाल। हां ठीक ठाक खैर खरियत ते खर्चा दे आया। ओ मेरा पुत्र इत्थे मिलन होर हो उदे मिलन मेरा होर हो इत्थे एक आ दीवार मेरे को रह भी आ जिदा हफ्ता एतवार हम दी मैं आना बिच लाइव सी बैंड लाइव सी तू जुदा ही उन्हें थोड़ा तू लेके आ जा। कोई नहीं मिल लिया जेड़ा तो मैं पता है उधर ते एक किता करो पर तेरी शिकायत नहीं मान दिया। हुण की हो गया? उत्ते किसे छुहार ने लड़िया ओदा प्यो मेरे को आया आज उस गलत गाल की थी मैं चार पांच सटियां कान दे तले। ओ बड़े ना लड़े करो आजकल कोई नहीं हालात हो मेरा तो दिल को झोरा पर बस बच गया। नहीं मेहरबानी की थी करो। अच्छा पर तू जवानी दे कोई नहीं अजे काम कीते भाई सानू रोकदा भी है पूछ लियो मेरा पूछ लियो साडा प्यो की हो गया दादी दस दी होंदी आ जांदे पै नाल कुंडी अड़ा लैंदा। सही आंदा पै अब्बा एक तब्बे गुतना बोलया ना कर ते नू दौर चंगा आजकल दा लड़ाइयां आ लड़ाइयां गली गली दे विच अमरूदा दी रेड़ी वाला जेड़ा इंजे लगदा बाकी सलाम पे देवे जी की हाल है जी ठीक हो जी दो वारी मैं के ठीक हां त्री वारी दा मैं कंध तले हुण उन भी रख के आया हुण आया उलामा भी ओए अंधे बंदे देंदे ने सलाम ओ जिंदे कोल चार आने मन उन सलाम देंदे नो एक बारी होंदा दो बारी हो तो मजाक नु पै गया मजाक नु पै गया शाला किसी उस बंदे ते ना पै जावे आए ना बजड़े सारी जिंदगी तोड़े कंडे ही में कटदा वत्ता मैं कंडे वाला कोई नहीं अपने मैं आपे काढ़ ले सजड़े मैं कड़ने मैं पता है अगे जेड़ा मेरी कान ते हाथ है मेरा तो कदी नो पता कीता धी दी बड़ी फिक्र होंदी पई है। बहरहाल जेड़ा आ हफ्ता इतवार आंदा पिया ओनू लै आवणी इत्थे ते दोवें दीवारां मैं इत्थे कर रखणी। एक होर बुरी खबर भी आई। ओ केड़ी? ओ बुरी खबर है कि मैं हफ्ता थां ही रहणा। चलो बुड्ढू चंगा हो गया चलो इंसाना आ रहे जगह रहना ही ना पूरा मैं थाई घरे हां ते मैं कोई नहीं किसी की। अस्सलाम वालेकुम चाचू जी। वालेकुम सलाम। ठीक हो चाचू जी? ठीक ठाक अल्लाह दे शुक्र है चाचू जी। आपने छो न बंदा बना लो जी। ओए हुणे नु की आकाई हो तो नहीं हो दुआ मैं बेच रहा खड़ा ते मैं चाट मार के आ गया बड़े क्रेडी वाले नु चाट मार के तेनु शर्म ते हया नहीं अपनी गल ना दसी तू भाई तू केड़ी शैतानी लगा खलोता केड़ी शैतानी मैं कीती मैं थरक झड़े ता खलोता मेरे मुंह उते चुप कर तू सलाम देता मेरे को चाट मार दीती हला चुप कर मेरा पुत्र सलाम देला जुड़ो मैं कोई ओ हला चुप एडा सारा तू है माचिस दी डब्बी जितना ते मेरे ना थरक झड़े ना खलोता तू हला तू भी आखेड़ नहीं है बस कर मैं चाचू जान ही जाना सलाम देता तू सा मेरे जान नाल नहीं देता अमरूद अमरूदा ਉਹ ਸ਼ੋਦੇ ਰੋਜ਼ੀ ਕਮਾਈਂਦੇ ਬੈਠੇ ਹੁੰਦੇ ਤੇ ਤੂੰ ਜਿਸਲੇ ਵਗਣਾ ਹੁਣਾ ਤੇ ਇੱਥੇ ਰਹਿਣੇ ਨੂੰ ਚਾਰ ਦੁਆਰਾ ਮੈਂ ਹਫਤਾ ਪੂਰਾ ਹੀ ਥਾਈ ਆ ਮੈਂ ਵੇਖ ਸਾਇ ਖਾਂ ਬਸ ਆਰਾਮ ਨਾਲ ਹੋ ਕੇ ਰਹੀ ਐਨ ਤੂੰ ਵੀ ਸਮਝਾ ਲੈ ਇਨ ਹਾਲਾਤ ਚਾਹੇ ਤੇ ਬੈਂਡ ਨੂੰ ਲੈ ਕੇ ਆਈ ਤੇ ਘਰ ਬੈਂਡ ਨੂੰ ਮੈਂ ਲੈ ਗਿਆ ਵਾਹ ਆ ਵਿਰਾ ਸਾਡਾ ਇੰਜ ਲੱਗਦਾ ਭਰਾ ਦੁਆ ਹੋਇਆ ਪਤਾ ਨਹੀਂ ਕਿਹੜੇ ਦੇਸ਼ ਹੀ ਚ ਆਇਆ ਹੋਇਆ ਇਹ ਨਵੀਂ ਪੈਂਟ ਸ਼ਰਟ ਲੱਭੀ ਹੋਏ ਤੇ ਬਾਹਰ ਬਾਂਡ ਠਾਣ ਕੇ ਬਾਹਰ ਨਿਕਲਣਾ ਪਤਾ ਹੀ ਕੋਈ ਨਹੀਂ ਰਾਤੀ 11 ਵਜੇ ਹਟ ਕੇ ਆਵਣਾ ਉਹ ਮੇਰੀ ਧੀ ਬੁਲੰਦ ਅੱਬਾ ਵੇ ਉਹ ਮੇਰੀ ਧੀ ਹੈ ਅਗਰ ਇੱਥੇ ਸਾਲ ਹੀ ਰਹੇ ਨਾ ਤੁਹਾਨੂੰ ਕੋਲਾ ਮਾ ਜਾਵੇ ਤੇ ਮੁਰਤੂ ਸੁਮੈਂ ਦੇ ਆਵੇ ਤਾਂ ਸਹੀ ਮੈਂ ਗਾਟਾ ਵਾੜ ਕੇ ਭਰਾਣਾ ਸੱਟ ਛੜੇ ਗਾਟਾ ਵਾੜ ਕੇ ਭਰਾਣਾ ਸੱਟ ਛੜਾ ਆਰਾਮ ਨਾਲ ਰੁਕ ਰਹੀ ਓ ਯਾਰ ਕੁਝ ਅੱਬੇ ਦਾ ਤਾਂ ਹਿਆ ਕਰ ਗਿਆ ਕਰ ਤੇ ਅੱਬੇ ਮੈਂ ਕੀ ਆ ਮੇਰਾ ਤਾਂ ਤੂੰ ਬਿਲਕੁਲ ਲਾ ਚਾ ਗਿਆ ਪਿਓਰ ਨੂੰ ਤਾਂ ਵੇਖ ਲਿਆ ਕਰ ਤਾਂ ਵੇਖ ਲਾ ਆਪਣੇ ਅੰਗਰੇਜ਼ੀ ਬਾਬੂ ਬਣ ਪੜਦੇ ਅਸੀਂ ਪਏ ਆ ਵਿਰਾਹ ਦੇ ਤਮਾਸ਼ੇ ਵੇਖ ਵੀ ਜਿਵੇਂ ਯੂ ਐਸ ਚ ਹੋ ਕੇ ਆ ਖਲੋਤਾ ਚਲ ਚਲ ਹੈ ਓਕੇ ਉਸ ਆਇਆ ਇੱਕ ਵਾਰੀ ਇਹੋ ਕੰਮ ਕਰੀ ਹੋਰ ਕੋਈ ਨਾ ਕਰੀ ਆ ਯਾਰ ਨਿੱਕਾ ਵਿਰਾਜ ਹੋਇਆ ਬਸ अबे अगो बोलदा रहंदा पागल। अच्छा तुम नु अच्छा हुन पहले मेरी सुन तू मने एक गल दस तू ओ नु जामना चांदे तां घर। अच्छा मेरी गल सुन मैं तेनु ले जांदा अपने नाल असि तू यूनिवर्सिटी च घर जा है ना तेरा ब्याह है सिम घर आया है ठीक है। अच्छा मेरी सुन मैं अगा आ जांदा तू यूनिवर्सिटी कल नहीं जामना तू हॉस्टल दे विच तो मेरे नाल आवना है अस जा के ते निकाह कर लेंगे उनां पता लग जा सी मोड़ आपे वेंदे सा बाद जो ही होना अस शहर नु किसी और शहर नु मुंह कर जैसा उठाया मकान लाइक उठाया रसा ठीक मेरी बहन दा मसला ही कोई नहीं ओ घर वदी है ता जिदे काम करदी है कोठी तो ना करान दे रासी ना अगे मैं कोनी उन खमेंदा रांदा या मेरे आसरे तो कोनी बैठी
ठीक है, मैं आज ही निकलता पिया। ठीक है बस तू तैयारी कर, तू हर से अपने पैक करके रखी, तो सुबह हॉस्टल से असं निकल जाऊंगा। हाँ मैम दा पिया। मुकद्दस मुकद्दस मैं गल सुन, की होया दस? पैसे कितने पैसे कोल? क्यों? और पैसे मैंने दे जल्दी कर, मैंने पैसे दे उन्हें मार गतना है। किन्ना मार गतना है? अल्लाह ख्याल करे। मैं दे मना है, किसी दा उधार दे मना है, तो उन्हें मैं नाप ले अब तेरा आज। उन्हें मेरा गिरबान न पिया है। जैसे मैं तनखा तू लेनी है ना सनैन, ते उन्हें चटिया मैंनू खा जान दिया नो। यो सजा मैं देंदा पिया, मां तू पीछे तेनू पाले है। जा मना आखरी चट्टी भर ला, ते जा मोर बिरादर जेड़ा है ना लाश देख लेनी। अल्लाह ना करे, अल्लाह तेरी जिंदगी करे, मेरे ब्याह नु कुछ जी ना होवे। उन्हें मैंने मारा नहीं, धमकी दी है। मैंने पैसे मैं ना दिते ना मैंने मार छड़ने। कितने पैसे नो? 20,000 रुपया। ओए आले ओए, वो भी तो मैं तनखा आईदा ही है, तो वो भी तू लऊ है। हुणे ये सोच ले कि दे गाल। चलो मोर तू रोटी खांदी रहो, ते मेरे दफना के आ जाऊं। अच्छा ठीक है, मैं लाए अमनिया। जल्दी जा ले यार, पिछुण अपना ख्याल आपे रखना ही। बिल्कुल ऐ कोठे तरह दे रमी, मैं हुण को ना आईला पूरन पूरे नो। अच्छा ठीक है, अपना ख्याल रखी। तू भी अपना ख्याल रखी। पता नहीं के छुआ ना दुश्मनियां पाई वदा है, ते मैंने छुआ ए छुआ मेरी अद्धी जिंद मुकाई होई है। हाय वेले जेले बाद उसी दुफान आंगमदा। अल्लाह एनु जे ना हदायत मुराद दे, एनु कोई बैंक दी जिम्मेवारी सिखा चा। पता नहीं कदा ऐसे चकोलम सी। किधर गए छुआर भाई? शादी आई छेर बने दी तू ना क्या वे वो लिया दे उन उन मैं की करा उदो पढ़ दी भी है। चलो तेरा चार छुट्टियां छोरा ना ले ले उन जा खिलाया हो। आ गया मेरे पास। हाँ जी, वो सदाया थे ने इस गलू में खुदा दे बंदिया शादी उन बने छेर तो बहन नू जा खिलाया हो यूनिवर्सिटी चो। साल जहर है बाउस भी आवना उन। हाँ उन मैं आप लैन जाना ना शादी है छेर दिया चाना कितनी ने तो आज मैं लाया हो बहन नू। अब मैं जाना आप लैन जाना। मैं कौन जाओ बोला? मैं नहीं मैं जाना, मैं लाया हूँ। बार आप कोई जाना मेरे पास बहुत काम है, मैं बेलियन भी मिल रहा था, मैं लाया हूँ। मैं जा आ एक मिनट रहो ना, मेरे ख्याल है मोबाइल तो सीधा कर। मेरे ख्याल है यूनिवर्सिटी से फोन आ गया। ए तो वो प्रिंसिपल दा चावी चावी चावी। हेलो जी जी सर, की हाल चाल है? ठीक हो जरा मैं तैयारी कर रहा हूं। मैं लाया हूं। हां मोड़ के आगे सी तन्नू याद करते बैठे ऐसे बच्चे सलाइवनी है ये है इमरजेंसी शादी जी रखी गई ओ दे वास्ते बस दो त्रै दिन वास्ते और गल कोई नहीं। हां दो दिन वास्ते जी। हां जी जी दो दिन पहले ओ जी की करेंदे पयो जी, मेहरबानी करो दो दिन पहले ही तू छुट्टी लेके भाग गई। ओ कहंदे ना तुसा गल दित्ती विराज ओ सर मेहरबानी कीती करो, तुहाडी जिम्मेवारी हुंदी है कोई चचुए रख के मेरे बाहर गिराया खलोता है ते तुहानू ए कोई नहीं हुंदा बे ओ को पुछो जे शनाख्ती कार्ड वेखो जे तुहानू नहीं पता हुंदा। ओ जनाब मेरी गल करावन? ओए एक मिनट मेरी गल कर। अस्सलाम वालेकुम सर जी, अली खान बात कर। ए सर तुसी के प्यार दियो, तुसी हॉस्टल च तो पता कराओ। यार की हो गया प्यार दियो, हॉस्टल च भी कोई नहीं। दो दिन तू कोई नहीं? दो दिन दी पैन छुट्टी मंगी आस पे मेरे बिरा बाहर आया खलोता। ओए ओ दिया भाई तूने जरूरत ही ना आई तू घरों बाहर निकले है आंदे आस ना तैनू तू आखा नहीं ਇਸ ਪੜਨਾ ਯੂਨੀਵਰਸਿਟੀ ਦੇ ਵਿੱਚ। ਇਸ ਗੱਲ ਨੂੰ ਛੱਡ ਪਹਿਲੇ ਦੱਸ ਬਈ ਗਈ ਕਿਦੇ ਹੋਵੇ? ਉਹ ਕਿਦੇ ਜਾ ਸਕਦੀ ਏ, ਦੌਰ ਅੱਜ ਕੱਲ ਹੈ ਕੋਈ ਨਾ ਕਿਸੇ ਸਹੇਲੀ ਸਹੇਲੀ ਨਾਲ ਵਗ ਗਈ ਹੋਵੇ। ਲੇਕਿਨ ਉਸ ਦੱਸ ਕੇ ਜਾਵਣਾ ਸਕੂਲ ਚ ਛੁੱਟੀ ਲੈ ਕੇ ਜਾਵਣਾ ਕਾਲਜ ਚ। ਹੁਣ ਇੱਥੇ ਕੋਈ ਗੱਲਾਂ ਦਾ ਟਾਈਮ ਹੀ ਨਹੀਂ ਏ। ਔਰ ਅਬਾ ਜਾ ਅਗਰ ਅਬਾ ਮੇਰੀ ਗੱਲ ਸੁਣਨਾ, ਅਗਰ ਇਹੋ ਜਿਹੀ ਕੋਈ ਗੱਲ ਹੋਈ ਨਾ
ਮੈਂ ਉਹਦਾ ਸਿਰ ਵਜਾ ਛੱਡਣੀ ਆ ਮੈਥੋਂ ਤਾਂ ਬਗਾਰਤੀ ਦੀ ਜ਼ਿੰਦਗੀ ਸਾਰਾ ਨਹੀਂ ਪਹਿਲੇ ਪਤਾ ਤਾਂ ਕਰਾਣ ਦੇ ਅਲੀ ਪਤਾ ਤਾਂ ਕਰਾਣ ਦੇ ਓਏ ਹੋਰ ਕੀ ਪਤਾ ਕਰਾਉਣਾ ਹੀ ਨੇ ਓਏ ਆ ਸਾਡਾ ਸਿਰ ਦੇ ਸੁਆ ਪਾ ਕੇ ਭੱਗ ਗਈ ਏ ਓ ਚਾਚੇ ਹਾਲ ਭੱਗ ਗਈ ਹੋਵੇ ਮਤਾਂ ਓ ਚਾਚੇ ਲੈ ਜਾਉਣਾ ਓ ਰਾਮ ਨਾ ਪਤਾ ਕਰੀਏ ਫੋਨ ਕਰ ਓ ਨਾ ਬਾਜੀ ਅਗਰ ਕਬੜੀ ਮਣ ਦੇ ਇਹ ਵਕਤ ਕੋਈ ਨਹੀਂ ਅਗਰ ਇਹੋ ਜੇ ਕੋਈ ਗੱਲ ਹੋਈ ਨਾ ਤੇਰਾ ਤਾਂ ਮੈਂ ਸਿਰ ਵਜਾ ਕੇ ਆਸ ਕੀ ਬਣਿਆ ਭਾਈ ਜਾਨ ਕਿਉਂ ਪਰੇਸ਼ਾਨ ਹੋ ਦੱਸ ਰਹੀ ਇੱਕ ਵਾਰੀ ਅੱਗੋਂ ਹਟ ਵਾਂਜ ਮੇਰਾ ਬਹੁਤ ਦਿਮਾਗ ਖਰਾਬ ਹੈ ਤੇ ਇੰਜ ਮੇਰੇ ਕੋਲ ਜਲ ਨਾ ਬਵੀ ਤੂੰ ਬਣਿਆ ਕੀ ਹੈ ਭਾਈ ਖੈਤ ਹੈ ਤੂੰ ਮਾਮਾ ਲੱਗਣਾ ਤੈਨੂੰ ਦੱਸਣਾ ਜ਼ਰੂਰੀ ਹੈ ਥੋੜੇ ਹੌਸਲੇ ਨਾਲ ਮੇਰੇ ਨਾਲ ਗੱਲ ਕਰ ਭਾਈ ਜਾਨੋ ਤੇ ਹੱਥ ਕਿਉਂ ਲੈਂਦਾ ਖਲੋਤਾ ਮੋੜ ਭਾਈ ਮੈਨੂੰ ਲੱਗਦਾ ਤੈਨੂੰ ਅਗਲੀ ਲੱਗੀ ਬੋਲ ਕੇ ਮੈਂ ਕਾਗੜ ਕਿਸੇ ਹੋਰ ਦੀ ਤਾਂ ਮੈਂ ਤੈਨੂੰ ਛਾਣ ਛੱਡਣਾ ਇੱਥੇ ਐਡਾ ਘਰਾ ਟਾਲਾ ਖਲੋ ਜੇ ਕੀ ਕੀ ਗੱਲ ਕਰ ਗੱਲ ਕਰ ਕੀ ਗੱਲ ਕਰੂ ਗੈਰਤ ਦੇ ਬਾਰੇ ਕੀ ਗੱਲ ਕਰੂ ਕਰ ਉਹ ਫੇਰ ਕਰ ਉਹ ਤੇਰੀ ਭੈਣ ਸੁਣਨ ਨਾ ਚੜੀ ਜਾਂਦੀ ਤੂੰ ਮੇਰੇ ਉੱਤੇ ਘਰ ਮੇਰੀ ਭੈਣ ਦੇ ਬਾਰੇ ਨਾ ਲੈ ਲਈ ਦੇ ਬਾਰੇ ਗੱਲ ਕਰੇਂਦਾ ਪਿਆ ਤੈਨੂੰ ਪਤਾ ਨਹੀਂ ਮੈਂ ਤੇਰਾ ਸਿਰ ਵਜਾ ਛੜਨਾ ਉਹ ਤੇਰੀ ਭੈਣ ਹੈ ਕਿ ਸੁਣਨ ਨਾ ਚੜੀ ਜਾਂਦੀ ਆ ਤੂੰ ਮੇਰੇ ਉੱਤੇ ਘਰ ਤੇ ਵੀ ਖਿੰਦਾ ਪਿਆ ਘਰ ਤੇ ਛੁੱਡ ਖਿੰਦਾ ਨਹੀਂ ਪਿਆ ਆਪਣਾ ਤੂੰ ਮੈਨੂੰ ਇਹ ਕਿ ਅੱਗੂ ਲਾਈ ਖਲਾ ਇਹ ਪੱਕੀ ਗੱਲ ਹੈ ਸੁਣਨ ਨਾਲ ਚੜੀ ਹੋਈ ਇਹ ਪੱਕੀ ਗੱਲ ਹੈ ਅਸਨੈਨ ਜੀ ਨੂੰ ਮੈਂ ਮਾਰਿਆ ਜੇ ਤੂੰ ਮਾਰਿਆ ਉਹਦੇ ਨਾਲ ਪਿੱਛੇ ਸਕੂਟਰ ਤੇ ਬਹਿ ਕੇ ਚੜ ਕੇ ਗਈ ਏ ਬਹੁ ਜਾਈ ਹਸਨਾ ਤੂੰ ਇਹ ਕੀ ਕਰ ਛੱਡਿਆ ਤੂੰ ਇਹ ਮੇਰੇ ਨਾਲ ਦੁਸ਼ਮਣੀ ਗਾੜ ਕੇ ਬਹੁ ਬਹਿੜਾ ਕੀਤਾ ਅੱਬੇ ਨਾਲ ਗੱਲ ਕਰ ਲਵਾਂ ਤੇ ਉਸ ਤੋਂ ਬਾਅਦ ਤੇਰੇ ਨਾਲ ਮੈਂ ਮੁਕਸਾਂ ਓਏ ਬੰਦਿਆਂ ਦੇ ਪੇਸ਼ ਪੈ ਗਿਆ ਜਲਦੀ ਕਰ ਨੰਬਰ ਬੰਦ ਦੇ ਤੂੰ ਨੰਬਰ ਗਲਤ ਮਿਲਾਇਆ ਨਹੀਂ ਮੈਂ ਜਾਨ ਬਚਾਉਣ ਦੀ ਕੋਸ਼ਿਸ਼ ਕਰੀ ਨਹੀਂ ਮੈਂ ਸਹੀ ਮਿਲਾਇਆ ਨਹੀਂ ਇਹ ਤਾਂ ਮੇਰਾ ਤਾਂ ਗਲਤ ਹੈ ਤਾਂ ਮੈਂ ਗਾਟਾ 0300 770 3100 ਬੰਦ 3100 ਪੂਰਾ ਮੈਂ ਤਾਂ ਆਪਾਂ ਮੈਂ ਤਾਂ ਤਾਂ ਪਿਆ ਸਿਰ ਵਜਾ ਛੱਡੇ ਓਏ ਦਮ ਮੂੰਹ ਔਰ ਮੈਂ ਤੇ ਮੈਂ ਕਿਹਾ ਗੋਟ ਮੂੰਹ ਮੂੰਹ ਕਰ ਆ ਮੋੜ ਵੀ ਕਰਨਾ ਨਾ ਭਾਵੇਂ ਆਣ ਵੀ ਦੇਵੇ ਟੁੱਟੇ ਟੁੱਟੇ ਨਹੀਂ ਨਹੀਂ ਤੇਰੇ ਵਿਰਾਹ ਦੀ ਜੁਰਤ ਕਿਵੇਂ ਹੋਈ ਕਿਵੇਂ ਜੁਰਤ ਹੋਈ ਉਸਦੀ ਕਤਲ ਜ਼ਿੰਮੇ ਨਹੀਂ ਲਾ ਪਿੱਛੋਂ ਅੱਬਾ ਮੈਂ ਤੈਨੂੰ ਆਦਾ ਪਿਆ
ਕੋਈ ਵੀ ਕਿਸੇ ਕਿਸਮ ਦਾ ਇਹਦੇ ਨਾਲ ਰਹਿਮ ਦਿਲੀ ਨਾਲ ਕੋਈ ਨਾ ਤੁਸੀਂ ਸਲੂਕ ਕਰਨਾ ਠੀਕ ਹੈ ਨਾ ਜਿਵੇਂ ਇਹਨਾਂ ਸਾਡੇ ਨਾਲ ਚੰਗਾ ਕੀਤਾ ਨਾ ਤੇ ਮੇਰਾ ਵੀਰਾ ਜਿਤਨਾ ਹੋ ਸਕੇ ਇਸ ਤੋਂ ਜ਼ੁਲਮ ਕਰ ਇਹਦਾ ਜ਼ੁਲਮ ਵੇਖ ਸੀ ਤਾਂ ਵੀਰਾ ਹਟ ਗਿਆ ਸੀ ਬਣ ਛੋੜਿਆ ਮੰਜੀ ਨਾਲ ਕੋਈ ਚੱਕਰ ਇਹੋ ਜਿਹਾ ਇਸ ਦੇ ਨਾਲ ਨਹੀਂ ਕਰਨਾ ਜਿੱਤਣ ਤੇ ਸਾਡੀ ਧੀ ਵਾਪਸ ਨਾ ਆ ਜਾਏ ਇਹ ਪਹਿਲੂ ਮੇਰੀ ਗੱਲ ਵੀ ਸੁਣ ਲਿਆ ਓਏ ਬਸ ਇਤਨੇ ਵੀ ਬਗੈਰਤ ਨਾ ਕਿ ਕਿਸੇ ਦੀ ਧੀ ਬਹਿਣ ਨਾਲ ਅਸੀਂ ਇਹ ਕਰ ਸਕਾਂ ਠੀਕ ਹੈ ਸਾਡੇ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਜਿੱਤੇ ਤਾਂ ਸਾਡੀ ਛੇੜ ਨਾ ਆਵੇ ਇੱਥੇ ਤਾਂ ਕੋਈ ਕੰਮ ਨਹੀਂ ਕਰਨਾ ਲੇਕਿਨ ਜਿਸ ਟਾਈਮ ਮੈਨੂੰ ਸੱਚਾਈ ਦਾ ਪਤਾ ਮੋੜ ਮੈਨੂੰ ਮੇਰਾ ਹੱਥ ਨਾ ਫੜਦੀ ਪਿਆ ਉਸ ਟਾਈਮ ਨਹੀਂ ਤੇਰਾ ਹੱਥ ਮੈਂ ਕੀ ਆਪਦਣਾ ਜਿਸ ਜਿਹੜੇ ਹੋਵਨ ਇਹੋ ਜਿਹਾ ਉਹਨਾਂ ਨੂੰ ਸਜ਼ਾ ਇੰਨੀ ਹੀ ਮਿਲਣੀ ਚਾਹੀਦੀ ਉਹ ਕਿਵੇਂ ਸਕੂਨ ਨਾਲ ਸਮਾਜ ਚਲੇ ਦੋ ਤਰੇ ਮਾਰ ਮਾਰੋ ਜਾ ਕੇ ਠੋੜ ਬਾਬਾ ਨੇ ਛੁੜਿਆ ਮੰਜੀ ਨਾਲ ਹੁਣ ਕੀ ਕਰਨਾ ਆ ਤਾਂ ਗੱਲ ਸੁਣੋ ਜਿਹੜੇ ਨੰਬਰ ਇਸ ਦੱਸਿਆ ਹੈ ਇਹਨੂੰ ਫੋਨ ਦਿਓ ਮੈਂ ਇਹ ਨੰਬਰ ਟਰੇਸ ਕਰਵਾਈਨਾ ਇਸ ਨੰਬਰ ਦਾ ਮੈਂ ਪਤਾ ਕਰਵਾਈ ਇਹਨੂੰ ਫੋਨ ਦਿਓ ਉਸ ਜੜ ਤੇ ਰੱਬ ਚਾਹ ਨਾਲ ਲਾਜ਼ਮੀ ਕਰ ਇਹ ਵੀ ਗੱਲ ਬੁਲੀ ਠੀਕ ਫੋਨ ਮੋਬਾਈਲ ਆ ਮੋਬਾਈਲ ਦੇ ਕੋਲ ਰੱਖ ਛੋੜੇ ਇਸ ਛੁੜਾ ਕੇ ਵਿਰਾਨ ਨਾਲ ਇੱਕ ਬੰਦਾ ਦੇ ਕੋਲ ਬੈਠੋ ਖਬਰਦਾਰ ਜੇ ਮੂੰਹ ਤੇ ਸਾਹ ਕੱਢਿਓ ਤੇ ਜਿਸ ਨੂੰ ਦਾ ਫੋਨ ਆਵੇ ਉਹਨੂੰ ਆਖ ਦੱਸੋ ਮੈਨੂੰ ਨਾ ਫੜ ਲੈ ਮੇਰੇ ਨੂੰ ਮੈਂ ਬੱਧੀ ਪਈ ਆ ਤੇ ਜਲਦੀ ਆ ਕੇ ਮੈਨੂੰ ਛੁੜਾ ਲੈ ਬਸ ਇਤਨੇ ਕਮੀਨੇ ਸਰ ਇਹਨਾਂ ਲੋਕਾਂ ਦੇ ਇੱਕ ਭੈਣ ਸਮਝ ਤੂੰ ਗੱਲ ਮੇਰੀ ਬਾਤ ਉਸ ਨੂੰ ਪਤਾ ਵੀ ਹੈ ਇਸ ਗੱਲ ਦਾ ਕਿ ਮੇਰੀ ਭੈਣ ਇਸ ਪਿੰਡ ਦੇ ਚ ਕੱਲੀ ਤੇ ਮੋੜ ਵੀ ਉਸ ਦਾ ਕੰਮ ਵੇਖ ਲਾ ਵੀ ਉਸ ਬਦਲਾ ਕਿੱਥੋਂ ਜਾ ਕੇ ਦੀ ਹੈ ਚਲੋ ਠੀਕ ਹੈ ਹੁਣ ਹੀ ਮਰਤ ਆ ਜਾਸੀ ਓਏ ਚੁੱਪ ਕਰਕੇ ਕਿਉਂ ਪਈ ਇਹਨੂੰ ਮਾਰ ਇਸ ਨੂੰ ਬੋਲ ਕਿਹਨੇ ਆਰਾਮ ਨਾਲ ਬੈਠੀ ਹੈ ਤੂੰ ਹੈ ਸਾਡੇ ਸੁੱਖ ਬਰਬਾਦ ਕਰਕੇ ਕਿਹਨੇ ਆਰਾਮ ਨਾਲ ਬੈਠੀ ਹੈ ਬੜੀਆਂ ਇਸਤਾਂ ਦੀਆਂ ਕਰਿੰਦਾ ਵਾ ਨਾ ਇਸਤਾਂ ਦੀਆਂ ਮੈਂ ਕਈਆਂ ਕਰਨੀਆਂ ਕਿੱਥੇ ਇਹਦਾ ਵਿਆਹ ਨਾਲ ਦਾ ਕਰਦਾ ਖਲੋਤਾ ਮੈਨੂੰ ਇੱਕ ਹੋਰ ਵੀ ਨੰਬਰ ਲੱਭਿਆ ਹੈਲੋ ਉਹ ਕਿੱਥੇ ਵੱਡਾ ਵੱਜੂ ਰਿਹਾ ਕੌਣ ਬੋਲਦਾ ਪਿਆ ਅਲੀ ਖਾਨ ਬੋਲਦਾ ਪਿਆ ਜਿਸ ਦੀ ਭੈਣ ਲੈ ਕੇ ਗਿਆ ਤੂੰ ਬੜੀਆਂ ਇਦਾਂ ਮਨੀਂਦਾ ਪਤਾ ਹੈ ਨਾ ਪਹਿਲੇ ਆਇਆ ਆਵਾਜ਼ ਸੁਣ ਲਾ ਮੇਰੀ ਗੱਲ ਸੁਣ ਅਗਰ ਆਪਣੀ ਭੈਣ ਦੀ ਸਹੀ ਸਲਾਮਤੀ ਜਾਣਨਾ ਤੇ ਮੇਰੀ ਭੈਣ ਨੂੰ ਲੈ ਕੇ ਜਲਦੀ ਜਲਦੀ ਅਲੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਆਇਆ ਖੁੱਤੇ ਮੈਂ ਤੁਹਾਂ ਦੇ ਘਰ ਵਾਲੀ ਆਉਂਦਾ ਪਿਆ ਬਾਕੀ ਜਿਹੜੀ ਤੁਹਾਡੀ ਭੈਣ ਹੈ ਨਾ ਤਕਰੀਬਨ 2-3 ਘੰਟੇ ਹੋ ਗਏ ਮੈਂ ਯੂਨੀਵਰਸਿਟੀ ਛੋੜ ਕੇ ਆਇਆ ਤੇ ਤੂੰ ਕਿੱਥੇ ਹੈ ਭਲਾ ਮੈਂ ਅਗਾ ਤੁਹਾਡੇ ਘਰ ਅੰਦਰ ਮੇਰੀ ਭੈਣ ਨੂੰ ਹੱਥ ਨਾਲ ਲਿਆ ਸ਼ਾਬਾਸ਼ ਸ਼ਾਬਾਸ਼ ਜਲਦੀ ਆ ਆਪਣੀ ਭੈਣ ਨੂੰ ਆ ਕੇ ਲੈ ਜਾ ਮੈਂ ਆਉਂਦਾ ਪਿਆ ਸ਼ਾਬਾਸ਼ ਜਲਦੀ ਆ ਹੁਣ ਉਹਨਾਂ ਕੋਈ ਨਾ ਖਿਆ ਜਲਦੀ ਆ ਜਲਦੀ ਆ ਆਂਦਾ ਪਿਆ ਤੇਰਾ ਵੀਰਾ ਤੇਰੇ ਸਾਰੇ ਦੁੱਖ ਦਰਦ ਦੂਰ ਕਰੇਂਦਾ ਸਾਰੇ ਦੁੱਖ ਦਰਦ ਸੀ ਉਹਦੇ ਵੀ ਦੂਰ ਕਰ ਦੇਣਾ ਉਹਨੂੰ ਅਸੀਂ ਬਿਲਕੁਲ ਆਜ਼ਾਦ ਕਰ ਦੇਣਾ ਆਜ਼ਾਦ ਕੁਹਾੜੀ ਕਿਹਦੇ ਪਾ ਹੈ ਕੁਹਾੜੀ ਕਿਹਦੇ ਪਾ ਕੁਹਾੜੀ ਨਹੀਂ ਉਹ ਕ੍ਰਿਸਟਲ ਚਾ ਉਹ ਛੋੜ ਨਾ ਖਬਰੀ ਪੈਣ ਦੀ ਹਾਲਤ ਉਹ ਛੋੜ ਨਾ ਖਬਰਦਾਰ ਇਹਨੂੰ ਹੱਥ ਲੈ ਮੈਂ ਤੁਹਾਡੀ ਇੱਜ਼ਤ ਮੈਂ ਤੁਹਾਡੀ ਇੱਜ਼ਤ ਘਰ ਉੱਤੇ ਛੋੜ ਦਿੰਦੀ ਕਿਹੜੀ ਇੱਜ਼ਤ ਚੈਨ ਹੋ ਕਿਹੜੀ ਇੱਜ਼ਤ ਸਾਡੀ ਇੱਜ਼ਤ ਤੋਂ ਨਿਲਾਮ ਕਰ ਚੁੱਕਾ ਕੋਈ ਇੱਜ਼ਤ ਨਹੀਂ ਹੁਣ ਸਾਡੀ ਰਹੀ ਇਹ ਤਾਂ ਉਸ ਟਾਈਮ ਤੋਂ ਸੋਚਣਾ ਹੀ ਆਪਣੀ ਭੈਣ ਦੇ ਬਾਰੇ ਤੋਂ ਉਸ ਟਾਈਮ ਸੋਚਣਾ ਜਿਸ ਟਾਈਮ ਤੂੰ ਸਾਡੀ ਭੈਣ ਨੂੰ ਕਾੜ ਕੇ ਜਾ ਰਿਹਾ ਠੀਕ ਹੈ ਨਾ ਹੁਣ ਕੋਈ ਇੱਜ਼ਤ ਨਹੀਂ ਅੱਛਾ ਬਾਈ ਮਾਰਨਾ ਤੇਰੀ ਭੈਣ ਨੂੰ ਤੇ ਤੇਰੀ ਸਜ਼ਾ ਇਹ ਹੈ ਤੇਰੀ ਅੱਖਾਂ ਦੇ ਸਾਹਮਣੇ ਮੈਂ ਤੁਹਾਡੇ ਕੋਲ ਮਾਫੀ ਮੰਗਦਾ ਉਹ ਮਾਫੀ ਮੰਗਣ ਨਾਲ ਕੀ ਹੋਣਾ ਇਹ ਤੂੰ ਗੁਨਾਹ ਕੀਤਾ ਮੈਂ ਆ ਗਿਆ ਨਾ ਮਾਫੀ ਕੋਈ ਨਹੀਂ ਆਉਂਦੀ ਮੈਂ ਆ ਗਿਆ ਨਾ ਐਵੇਂ ਤੇਰਾ ਜਿਹੜਾ ਆਇਆ ਨਾ ਹੁਣ ਤੇਰੀ ਭੈਣ ਨੂੰ ਅਸੀਂ ਤੇਰੀ ਅੱਖੀ ਦੇ ਸਾਹਮਣੇ ਮਾਰਨਾ ਤੇ ਤੈਨੂੰ ਵੀ ਮਾਰਨਾ ਤੇ ਉਸ ਤੋਂ ਬਾਅਦ ਮੈਂ ਤੇਰੇ ਕੋਲ ਹੱਥ ਜੋੜਦਾ ਹੱਥ ਜੋੜਨ ਨਾਲ ਕੀ ਹੋਣਾ ਤੂੰ ਇਹ ਕਰਨ ਤੋਂ ਪਹਿਲੇ ਤੈਨੂੰ ਕੋਈ ਨਾ ਪਤਾ ਹੈ ਵੱਡਾ ਤੂੰ ਇਹਦਾ ਮੂੰਹ ਬੰਦ ਕਰ ਯਾਰ ਅਲੀ ਠੀਕ ਹੈ ਅਲੀ ਠੀਕ ਹੈ ਮੈਂ ਮੰਨਦਾ ਕਿ ਮੈਂ ਤੂੰ ਗਲਤੀ ਹੋਈ ਮੈਂ ਤੂੰ ਗੁਨਾਹ ਹੋਇਆ ਅੱਛਾ ਮੈਂ ਤੁਹਾਡੇ ਬੈਣ ਦੇ ਆ ਕੇ ਲੱਗ ਕੇ
मैं बहुत बड़ी गलती कर उल्टा साडी बहन ते इल्जाम लगदा पिए लेकिन इदा हल भी है की हल की हल ठीक है मैं मंदा मैं तुम्हारी इज्जत खराब की थी इदा हल है हां बोल जल्दी बोल बंद कर यार इसको अबे दा फोन अंदर कि तुसी तुसी मेरे बहन नाल ए वड्डा इतना वड्डा जुल्म ना करो चलो नहीं होर उसनु मैं की की करी उसनु हैं उसनु हार पवा के घर भावी है अली एदा भी हाल है कि तुसी मेरी बहन नाल निकाह कर लो तो तेरी इज्जत दे बदले इज्जत मैं तो देना पया निकाह कर लिए तेरी बहन नाल तेरी बहन नाल निकाह कर लगी और जो तो साडी बहन नाल कीता है ना निकाह तो दूर दी गल है सारी जिंदगी ऐसे अच्छा रखे हालत के बैठ नहीं ठीक है ठीक है एक शर्त मंजूर है एक शर्त मंजूर है सन तेरे बिरान एक शर्त बख्शा अगर तू मेरे प्यो ना शादी करे मंजूर है तो दस तेरे बिरान चौक मार दे मेरा तो दिल कोई ना छड़न वास्ते लेकिन उस आप ही एक शर्त ऐसी रख छड़ी इज्जत दे बदले इज्जत दे अब्बा दे गया बहन अपने हमेशा पछताइंदा रहा सी कि मैं गलती ना करनी अब्बा इस गल नू तू छड़ दे ए सोच भई असि अपनी तो अपनी धी का बदला लिया साडी इज्जत बच गई है ए गल करन दा चलो बदले च मैं शादी कर लेना नहीं तो मैं हुन शादी बिल्कुल तेरे नाल काई नहीं करनी ए ते कोल पुछण दी जरूरत कोई नहीं मता इसको सलाह आलम ही पिया मेरे जितने वीवर बैठे ए मैं बदले शादी करंदा पे ने बहु जेड़ा ए गल ज़हन च रख्या नहीं तो मेरे को हक के नाल शादी करन ला खुदा दी बंदे स्टोरी बनावण दा साडा मकसद ए आई जी ए स्लाइस स्टोरी हुंदी है जेड़ा बंदा अगू पिछने ना वेदा पर मेरी बहन भी जवान है तो मैं एक काम करदा पिया वो भी किसी दी इज्जत लेके गया है ते अगू ए दी भी इज्जत घर बैठी आई यार इन सोचना समझना चाहिदा मेरी बहन जवान है मैं यो जे बाहर केड़ा काम करंदा पिया ते नाले कल्ली ना उस तो को होर बिरा कल्ली बैठ साडे मुआशरे दे इस तरह दे घर है नो ਬਿਰਾਵਾਂ ਦੇ ਸਿਰ ਤੇ ਬਹਿਣਾ ਬੈਠੀ ਹੁੰਦੇ ਨੇ ਤੇ ਬਿਰਾ ਕੁਝ ਵੀ ਸੋਚੇ ਸਮਝੇ ਬਗੈਰ ਆਪਣੀ ਬਹਿਣਾ ਨੂੰ ਇਸ ਤਰ੍ਹਾਂ ਰੁਲਾ ਛੱਡਦੇ ਨੇ ਰੁਲਾ ਜਾਂਦੇ ਨੇ ਕਿਉਂਕਿ ਉਸ ਦਾ ਬਦਲਾ ਉਸ ਕਿਵੇਂ ਚੁਕਾਇਆ ਮਗਰ ਮਜਬੂਰੀ ਤੇ ਚੁਕਾਇਆ ਇਸ ਤੇ ਬਿਰਾ ਵੀ ਬਚ ਜਾਵੇ ਸਾਡੀ ਇਸਲਾਈ ਸਟੋਰੀ ਹੁੰਦੀ ਤੇ ਇਸ ਵਿੱਚ ਅਗਰ ਸਾਡੇ ਮੂੰਹ ਚ ਕੋਈ ਗਲਤ ਅਲਫਾਜ਼ ਨਿਕਲ ਜਾਵੇ ਤੇ ਸਾਰੇ ਬਹਿਣਾ ਬਿਰਾ ਰਲ ਕੇ ਸਾਨੂੰ ਮਾਫ ਕਰ ਸਕਦੇ ਸਾਨੂੰ ਮਾਫ ਕਰਿਆ ਜੀ ਬਿਲਕੁਲ ਜੀ ਬਿਲਕੁਲ ਜੈਸੀ ਕਰਨੀ ਵੈਸੀ ਬਰਨੀ ਅਗਰ ਕਿਸੇ ਦੀ ਤੁਸੀਂ ਇਹ ਜ਼ਿਆਦਾ ਮੰਦਾ ਮੰਗਦੇ ਹੋ ਨਾ ਤੇ ਇਹ ਜ਼ਹਿਨ ਨੇ ਜ਼ਰੂਰ ਰੱਖਿਆ ਕਰੋ ਕਿ ਸਾਡੇ ਗਾਇ ਵੀ ਇਸ ਤਾਂ ਬੈਠੀ ਹੋਈਆਂ ਨੇ ਬਿਲਕੁਲ ਤੇ ਆਪੇ ਕੋਈ ਵੀ ਐਸਾ ਬੰਦਾ ਨਹੀਂ ਬਗੈਰਤ ਹੁੰਦਾ ਜੇ ਆਪੇ ਇਹ ਜ਼ਿਆਦਾ ਬਦਲਾ ਨਾ ਲਵੇ ਜਾਂ ਆਪੇ ਇਹ ਜ਼ਾਤ ਨੂੰ ਅਹੀਂ ਕਿਸੇ ਦੇ ਹੱਥ ਜਾਂਦਿਆ ਵੇਖ ਸਕਦਾ ਕੋਈ ਗਰੀਬ ਤੂੰ ਗਰੀਬ ਹੀ ਹੈ ਨਾ ਉਸ ਉਹ ਵੀ ਨਹੀਂ ਜੇ ਇੱਕ ਟਾਈਮ ਨਹੀਂ ਨਹੀਂ ਖਾਂਦਾ ਨਾ ਉਹ ਵੀ ਉਹਦੇ ਚ ਵੀ ਗੈਰਤ ਹੁੰਦੀ ਏ ਬਿਲਕੁਲ ਤੇ ਸਾਡੇ ਵੀਵਰ ਨੂੰ ਸਾਡੀ ਸਟੋਰੀ ਕੈਸੀ ਪਸੰਦ ਆਈ ਅਲੀ ਖਾਨ ਦਾ ਕੰਮ ਕੈਸਾ ਪਸੰਦ ਆਇਆ ਹੈ ਸਰ ਜੀਵਨ ਮੈਂ ਮੁਕੱਦਸ ਮਲਿਕ ਆਮਿਰ ਸ਼ਹਿਜ਼ਾਦ ਸਾਡਾ ਹਸਨੈਨ ਹੈਦਾ ਤੇ ਮੁਦੱਸਰ ਉਹ ਮੋਹਸਨ ਅਲੀ ਮੋਹਸਨ ਅਲੀ ਵਿੱਚ ਸਟੋਰੀ ਦੇ ਕੋਈ ਨਾ ਆਈ ਬਾਕੀ ਸਾਡੇ ਜਿਤਨੇ ਅਦਾਕਾਰ ਹਨ ਤੁਸੀਂ ਵੇਖ ਲੈਣ ਤੇ ਜੇ ਸਾਡੇ ਵੀਵਾ ਬਾਰ ਬਾਰ ਰਿਕੁਐਸਟ ਕਰ ਦੇਣਗੇ ਤੁਸੀਂ ਇਕੱਠਾ ਕੰਮ ਕਰੋ ਇੰਝ ਜੀ ਅਸੀਂ ਇਕੱਠੇ ਹੋ ਗਏ ਹਾਂ ਤੇ ਅਸੀਂ ਇਕੱਠੇ ਕੋਸ਼ਿਸ਼ ਕਰਦੇ ਪਏ ਹਾਂ ਬਾਕੀ ਹੋਰ ਵੀ ਸਾਰੇ ਇਕੱਠੇ ਹੋ ਵੀ ਕਿਉਂਕਿ ਅਸੀਂ ਜਿਹੜਾ ਨਾ ਪ੍ਰੋਡਕਸ਼ਨ ਦਾ ਮਸਲਾ ਹੁੰਦਾ ਚਲਾਉਣ ਹੁੰਦਾ ਛੋਟੀ ਮੋਟੀ ਨੋਕ ਜਾਕ ਮਣ ਚੱਲਦੀ ਰਹਿੰਦੀ ਹੈ ਤੇ ਇਹ ਚੀਜ਼ਾਂ ਅਸੀਂ ਜ਼ਿਹਨ ਤੇ ਕਦੀ ਨਹੀਂ ਰੱਖੀਆਂ ਤੇ ਤੁਸੀਂ ਵੀ ਨਾ ਰੱਖੀਆਂ ਕਰੋ ਜੀ ਕਿਉਂਕਿ ਇੱਕ ਧੀ ਪਿਓ ਨਾਲ ਲੜ ਕੇ ਨਹੀਂ ਰਹਿ ਸਕਦੀ ਤੇ ਪਿਓ ਧੀ ਨਾਲ ਲੜ ਕੇ ਨਹੀਂ ਰਹਿ ਸਕਦਾ ਤਾਂ ਤੁਹਾਨੂੰ ਵੀ ਪਤਾ ਹੈ ਦੇਸੀ ਹੋ ਗਏ ਇਕੱਠੇ ਤੁਹਾਡੀ ਕਾਫੀ ਸਾਰੇ ਲੋਕਾਂ ਦੀ ਰਿਕੁਐਸਟ ਆਈ ਕਿ ਤਾਂ ਅਲੀ ਖਾਨ ਤੋਂ ਮੈਡਮ ਮੁਕੱਦਸ ਨਾਲ ਜਾ ਕੇ ਕੰਮ ਕਰਤੇ ਮੈਡਮ ਮੁਕੱਦਸ ਵੀ ਦੱਸਦੇ ਪੈਣ ਤੇ ਉਹਨਾਂ ਨੂੰ ਵੀ ਕਾਫੀ ਲੋਕਾਂ ਆਖਿਆ ਤੇ ਬੜੀ ਮਿਹਰਬਾਨੀ ਸ਼ੁਕਰੀਆ ਜੀ ਉਹ ਤੁਹਾਡੀ ਖੁਆਇਸ਼ ਪੂਰੀ ਹੋ ਗਈ ਹੈ ਬਾਕੀ ਸਾਡੇ ਚੈਨਲਾਂ ਦਾ ਨਾਮ ਅਨਾਉਂਸ ਕਰ ਸੇਨ ਆਮਿਰ ਜੀ ਬਿਲਕੁਲ ਜੀ ਸਾਡਾ ਮੈਸੇਜ ਤੁਹਾਡੇ ਤੱਕ ਪਹੁੰਚ ਗਿਆ
ਬਾਕੀ ਦੱਸਦੇ ਰਹਿੰਦੇ ਜੀ ਆਪਣੇ ਹਮੇਸ਼ਾ ਚੈਨਲ ਦੇ ਨਾਲ ਜੀ ਜੀਵਨ ਮਲਿੰਗੀ ਓਫੀਸ਼ੀਅਲ ਮੁਕੱਦਸ ਮਲਿਕ ਓਫੀਸ਼ੀਅਲ ਮੁਕੱਦਰ ਅਲੀ ਵਲੋਗ ਮੋਹਸਿਨ ਪੰਜਾਬੀ ਟੀ ਵੀ ਜਿਹੜੇ ਕਿ ਮੋਹਸਿਨ ਵਲੋਗ ਸਿਸਟਮ ਜਿਹੜਾ ਜੀ ਸ਼ੁਰੂ ਕੀਤਾ ਜੀ ਉਹ ਵਲੋਗ ਜੀ ਉਹਦੇ 'ਤੇ ਬੁਖਾਰ ਕੱਲ੍ਹ ਵੀਡੀਓ ਹਾਂਜੀ ਮੋਹਸਿਨ ਪੰਜਾਬੀ ਟੀ ਵੀ ਉਹ ਵੀ ਜ਼ਰੂਰ ਵਿਜ਼ਿਟ ਕਰਿਆ ਕਰੋ ਅਤੇ ਸਾਡਾ ਪੰਜਾਬ ਜਿਹੜਾ ਕਿ ਅਲੀ ਬਾਈ ਨੇ ਮੇਰਾ ਚੈਨਲ ਜ਼ਰੂਰ ਵਿਜ਼ਿਟ ਕਰਿਆ ਕਰੋ ਜੀ ਇਹਨਾਂ ਨੂੰ ਲਾਈਕ ਕਰੋ ਸਬਸਕ੍ਰਾਈਬ ਮੇਰਾ ਚੈਨਲ ਜਿਹੜਾ ਨਾ ਉਹ ਅਸਲ ਤਾਂ ਯੂਟਿਊਬ 'ਤੇ ਸ਼ੋ ਨਹੀਂ ਹੋ ਰਿਹਾ ਕਿਉਂਕਿ ਹਾਲੇ ਤੱਕ ਉਸਦੀ ਮੋਨੀਟਾਈਜੇਸ਼ਨ ਔਨ ਕੋਈ ਨਹੀਂ ਹੈ ਅਤੇ ਸਾਡਾ ਪੰਜਾਬ ਦੇ ਨਾਲ ਅਗਰ ਅਲੀ ਖਾਨ ਲਿਖਸੋ ਤਾਂ ਸ਼ੋ ਹੋ ਜਾਸੀ ਬੜੀ ਮਿਹਰਬਾਨੀ ਬਿਲਕੁਲ ਸਾਡੀ ਸਟੋਰੀ ਕੈਸੀ ਲੱਗੀ ਇੱਕ ਮੈਂ ਸਹੀ ਦੱਸਾਂ ਜੀ ਪਾਕਿਸਤਾਨ ਜ਼ਿੰਦਾਬਾਦ।